ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅਤੇ ਜਿਸ ਤਰ੍ਹਾਂ ਕਿ ਪਹਿਲਾਂ ਵੀ ਕਿਸਾਨੀ ਮੁੱਦਿਆਂ 'ਤੇ ਹੀ ਗੱਲਬਾਤ ਕਰਦੇ ਹਾਂ, ਕਿਉਂਕਿ ਹੋਰ ਕੋਈ ਮੁੱਦਾ ਮੇਰੇ ਹਿਸਾਬ ਨਾਲ ਹੁਣ ਬਣਦਾ ਹੀ ਨਹੀਂ ਕਿਸੇ 'ਤੇ ਗੱਲਬਾਤ ਕਰਨ ਨੂੰ। ਜਿਹੜਾ ਕਿਸਾਨੀ ਸੰਘਰਸ਼ ਆ ਉਹ ਗਰਮਾਇਆ ਹੋਇਆ, ਉਸ 'ਤੇ ਹੀ ਗੱਲਬਾਤ ਅਸੀਂ ਕਰਦੇ ਹਾਂ, ਕਿਉਂਕਿ ਜਿਹੜਾ ਕੱਲ੍ਹ ਟਰੈਕਟਰ ਰੈਲੀ ਕੀਤੀ ਗਈ ਸੀ ਅਤੇ ਅੱਜ ਜਿਹੜੀ ਹੈਗੀ ਹੈ ਮੀਟਿੰਗ ਵੀ ਹੈ ਕੇਂਦਰ ਦੇ ਨਾਲ, ਉਸ 'ਤੇ ਪੂਰੀ ਗੱਲਬਾਤ ਕਰਾਂਗੇ। ਉਹ ਜਾਣਕਾਰੀ ਲਵਾਂਗੇ ਕਿ ਕੱਲ੍ਹ ਦੇ ਜਿਹੜੇ ਟਰੈਕਟਰ ਰੈਲੀ ਦੇ ਵਿੱਚੋਂ ਕੀ ਸਿੱਟਾ ਨਿਕਲਿਆ ਅਤੇ ਅੱਜ ਦੀ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਨਿਕਲਣ ਜਾ ਰਿਹਾ। ਇਸ 'ਤੇ ਪੂਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਮੌਜੂਦ ਨੇ ਮਨਪ੍ਰੀਤ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਨਪ੍ਰੀਤ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਮਨਪ੍ਰੀਤ ਜੀ, ਜਿਸ ਤਰ੍ਹਾਂ ਕਿ ਆਪਾਂ ਮੀਟਿੰਗ ਦੀ ਗੱਲ ਕਰ ਲਈਏ, ਪਹਿਲੀ, ਦੂਜੀ, ਤੀਜੀ ਅਤੇ ਚੌਥੀ ਅਤੇ ਹੁਣ ਜਿਹੜੀ ਹੈਗੀ 8ਵੇਂ ਗੇੜ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ, 8ਵੇਂ ਗੇੜ ਦੀ ਮੀਟਿੰਗ ਦੀ ਗੱਲ ਆਪਾਂ ਬਾਅਦ 'ਚੋਂ ਕਰ ਲਈਏ। ਜੇ ਕੱਲ੍ਹ ਦੀ ਟਰੈਕਟਰ ਰੈਲੀ ਬਾਰੇ ਤੁਹਾਡਾ ਕੀ ਕਹਿਣਾ ਜੀ, ਕੀ ਜਾਣਕਾਰੀ ਹੈ? ਕੱਲ੍ਹ ਜੀ ਕਿਸਾਨਾਂ ਨੇ ਇੱਕ ਟਰੈਕਟਰ ਰੈਲੀ ਕੱਢੀ ਸੀਗੀ KMP ਬਾਰਡਰ ਪਰਵਲ ਹਾਈਵੇ ਆ, ਜਿਹੜਾ ਬਹੁਤ ਵੱਡਾ ਹਾਈਵੇ ਆ, ਜਿਹੜਾ ਦਿੱਲੀ ਦੇ ਚਾਰੇ ਪਾਸੇ ਘੁੰਮਦਾ। ਜੇ ਟਰੈਕਟਰ ਰੈਲੀ ਇਹ ਸੀਗੀ, ਸੰਘੂ ਬਾਰਡਰ, ਟਿੱਕਰੀ ਬਾਰਡਰ, ਟਿੱਕਰੀ ਤੋਂ ਕੁੰਡਲੀ ਬਾਰਡਰ, ਗਾਜ਼ੀਪੁਰ ਤੋਂ ਪਲਵਲ ਅਤੇ ਰਹਿਵਾਸਨ ਤੋਂ ਪਲਵਲ ਤੱਕ ਇਹ ਸੀਗੀ। ਵੱਖਰੇ ਵੱਖਰੇ, ਇਹ ਨਹੀਂ ਕਿ ਇੱਕ ਥਾਂ 'ਤੇ ਇਕੱਠੇ ਹੋਏ ਸੀਗੇ, ਜੇਕਰ ਇੱਕ ਪਾਸੇ ਤੋਂ ਇੱਕ ਲੋਕ ਇੱਕ ਤੁਰੇ ਹੈਗੇ, ਦੂਜੇ ਪਾਸੇ ਵੱਖਰੇ ਤੁਰੇ ਸੀਗੇ। ਅਤੇ ਇਹਦੇ ਵਿੱਚ ਕਹਿੰਦੇ 60,000 ਦੇ ਕਰੀਬ ਟਰੈਕਟਰ ਸ਼ਾਮਿਲ ਹੋਇਆ ਇਸ ਟਰੈਕਟਰ ਰੈਲੀ ਨੂੰ, ਜਿਹੜੇ ਕਿਸਾਨ ਆਗੂ ਨੂੰ ਇੱਕ ਟ੍ਰੇਲਰ ਕਹਿ ਰਹੇ ਨੇ, ਜੋ ਕਿ ਕਹਿੰਦੇ 26 ਜਨਵਰੀ ਨੂੰ ਅਸੀਂ ਜਿਹੜਾ ਵਿਖਾਵਾਂਗੇ ਤੁਹਾਨੂੰ ਪੂਰੀ ਫਿਲਮ। ਜੇ ਕੋਈ ਫਿਲਮ ਚੱਲਦੀ ਤੋਂ ਪਹਿਲਾਂ ਟ੍ਰੇਲਰ ਚੱਲਦਾ ਨਾ ਕੁਝ ਕਮੈਂਟ ਦਾ, ਉਹ ਦਿਖਾਇਆ ਇਹਨਾਂ ਨੇ। ਇਸ ਤੋਂ ਬਾਅਦ ਕੀ ਹੋਇਆ ਸੀ ਕਿ ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਨਾਲ ਅਤੇ ਆਪਣੇ ਜਿਹੜੇ ਹੈਗੇ ਆ ਗ੍ਰਹਿ ਮੰਤਰੀ ਹਮੇਸ਼ਾ, ਉਹਨਾਂ ਨਾਲ ਮੀਟਿੰਗ ਹੋਈ ਸੀਗੀ ਪੰਜਾਬ ਦੇ ਲੀਡਰਾਂ ਦੀ, ਸੁਰਜੀਤ ਸਿੰਘ ਯਾਨੀ ਅਤੇ ਇੱਕ ਹਰਜੀਤ ਗਰੇਵਾਲ, ਦੋ ਲੀਡਰ ਸੀਗੇ ਨਾਲ, ਤੀਜੇ ਵੀ ਸੀਗੇ ਪਰ ਉਹ ਨਾਮ ਨਹੀਂ ਯਾਦ ਆ ਰਿਹਾ। ਇਹਨਾਂ ਦੀ ਮੀਟਿੰਗ ਹੋਈ ਸੀਗੀ। ਹੁਣ ਸੋਚਣ ਵਾਲੀ ਗੱਲ ਆ ਜਗਰਾਜ ਜੀ, ਇੱਕ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਸੁਰਜੀਤ ਸਿੰਘ ਯਾਨੀ ਕਹਿ ਰਹੇ ਸੀ ਕਿ ਮੈਂ ਕਿਸਾਨਾਂ ਦੇ ਹਿੱਤ ਵਿੱਚ ਹਾਂ, ਮੈਂ ਕਿਸਾਨਾਂ ਵੱਲ ਆ ਅਤੇ ਇਹਨਾਂ ਨੂੰ ਇੱਕ ਨੂੰ ਰੱਦ ਕਰਨੇ ਚਾਹੀਦੇ ਆ, ਜੇ ਕਿਉਂਕਿ ਉਦੋਂ ਨਾ ਸਿਆਸਤ ਦਿਸਦੀ ਪਈ ਸੀ ਕਿ ਕਿਸਾਨਾਂ ਨੇ ਵੋਟਾਂ ਪਾਉਣੀਆਂ, ਵੋਟਾਂ ਪੈਣੀਆਂ ਇਹਨਾਂ 'ਤੇ, ਪੈਣਾ ਇਹਨਾਂ ਨਾਲ ਹੋਣਾ ਪੈਣਾ। ਜੇ ਜਦੋਂ ਉੱਪਰ ਮਾਰੀ ਮੁੱਟ ਕੇ ਕਹਿੰਦੇ ਕਿ ਬੋਲਚਾਲ ਹੋਈ ਹੈ ਅਤੇ ਹੁਣ ਉਹ ਕੱਲ੍ਹ ਕਹਿ ਰਹੇ ਨੇ, ਕੱਲ੍ਹ ਦੋਨਾਂ ਦੇ ਬਿਆਨ ਮੈਂ ਟੀ ਵੀ ਚੈਨਲ ਦੇਖ ਰਿਹਾ ਸੀਗਾ, ਦੋਨਾਂ ਦੇ ਬਿਆਨ ਟੋਟਲੀ ਵਰਲ ਗਏ ਨੇ, ਅੱਜ ਵੀ ਵਰਲ ਗਏ ਅੱਜ, ਕਿਉਂਕਿ ਰਾਜਨਾਥ ਸਿੰਘ ਨਾਲ, ਰਾਜਨਾਥ ਨਾਲ ਮੁਲਾਕਾਤ ਹੋਈ ਇਹਨਾਂ ਦੀ। ਜੀ ਜੀ, ਇਹਨਾਂ ਦਾ ਬਿਆਨ ਦੇਖਣ ਵਾਲਾ, ਸੁਣਨ ਵਾਲਾ। ਇਹ ਕਹਿ ਰਹੇ ਨੇ ਕਿ ਜਿਹੜੇ ਕਿਸਾਨੀ ਲੀਡਰ ਨੇ ਨਾ, ਇਹ ਆਪ ਨਹੀਂ ਖਤਮ ਕਰਨਾ ਚਾਹੁੰਦੇ ਅੰਦੋਲਨ ਨੂੰ। ਜੀ, ਦੂਜੀ ਗੱਲ ਇਹ ਵੀ ਕਹਿ ਰਹੇ ਨੇ ਕਿ ਇਹਦੇ ਇੱਕ ਪਾਰਟੀ ਬਣਾਉਣਗੇ, ਯਾਨੀ ਕਿ ਰਾਜਨੀਤਿਕ ਪਾਰਟੀ ਬਣਾਉਣਗੇ ਅਤੇ ਚੋਣਾਂ ਲੜਨਗੇ ਅਤੇ ਇਹਦੇ ਵਿੱਚੋਂ ਹੀ ਜਿਵੇਂ ਕੇਜਰੀਵਾਲ ਸਾਹਿਬ ਪੈਦਾ ਹੋਏ ਸੀਗੇ, ਉਵੇਂ ਹੀ ਇੱਕ ਨਵੀਂ ਪਾਰਟੀ ਨਿਕਲੂਗੀ। 50,000 ਅੰਦੋਲਨ 'ਚ ਹੋਈ ਸੀ ਨਾ, ਪਰ ਮੈਂ ਇੱਕ ਚੀਜ਼ ਦੇਖਣੀ ਚਾਹੁੰਦਾ, ਇਕੱਲੀ ਆਪ ਪਾਰਟੀ ਨਹੀਂ ਹੋਈ ਸੀ ਉਦੋਂ, ਕਿਰਨ ਬੇਦੀ ਉਹ ਵੀ ਹੋਈ ਸੀਗੀ, ਉਹਨੂੰ ਮੁੱਖ ਮੰਤਰੀ BJP ਨੇ ਬਣਾਇਆ ਸੀਗਾ, ਉਹਦੇ ਨਾਲ ਬਣਾਇਆ ਸੀਗਾ, ਅਤੇ ਹੁਣ ਉਹ ਬੈਠੀ ਹੈ, ਰਾਜਪਾਲ ਬਣੀ ਬੈਠੀ ਹੈ ਕਿਤੇ ਜਾ ਕੇ, ਉਹ ਵੀ ਤਾਂ ਉਸ ਅੰਦੋਲਨ 'ਚੋਂ ਨਿਕਲੀ ਸੀਗੀ। ਜੇ ਤੁਹਾਡੇ ਲੀਡਰ ਨਿਕਲੇ ਤਾਂ ਇੱਕ ਅੱਧਾ ਲੀਡਰ ਨਿਕਲ, ਬਾਏ ਚਾਂਸ ਆਪਾਂ ਮੰਨਦੇ ਹਾਂ ਕਿ ਪਹਿਲੀ ਗੱਲ ਤਾਂ ਕਿਸਾਨਾਂ ਦੀ ਮਨਸ਼ਾ ਹੀ ਹੈ ਨੇਗੀ ਜੀ, ਕਿਉਂਕਿ 50,000 ਦੇ ਅੰਦੋਲਨ 'ਤੇ ਹਰੇਕ ਰਾਜਨੀਤਿਕ ਪਾਰਟੀ ਆ ਕੇ ਉੱਤੇ ਬੋਲ ਸਕਦੀ ਸੀਗੀ। ਕਿਸਾਨਾਂ ਦੇ ਅੰਦੋਲਨ ਹੁਣ ਤੱਕ ਕੋਈ ਪਾਰਟੀ ਦੇ ਕਿਸੇ ਆਗੂ ਨੇ ਆ ਕੇ ਕੋਈ ਬੋਲਚਾਲ ਕੀਤੀ ਨਹੀਂ, ਕਿਤੇ ਸਟੇਜ ਉੱਪਰ ਇਕੱਲੇ ਕਿਸਾਨ ਹੀ ਬੋਲਦੇ ਨੇ। ਅੱਜ ਤੱਕ ਇਹਨਾਂ ਨੇ ਪਾਰਟੀ ਬਾਰੇ ਕੋਈ ਗੱਲ ਨਹੀਂ ਕੀਤੀ ਗੀ, ਰਾਜਨੀਤੀ ਉੱਤੇ ਆਉਣ ਨਹੀਂ ਦਿੱਤੀ ਗੀ। ਜਦੋਂ ਕੋਈ ਲੀਡਰ ਬੋਲਦਾ ਜਾਂ ਕੋਈ ਵੀ ਇਹਨਾਂ ਦਾ ਕਿਸਾਨਾਂ ਦਾ ਹੈਗੇ ਅੱਗੇ ਮੋਢੇ ਲੱਗੇ ਹੋਏ ਨੇ, ਸਿਰਫ ਕਿਸਾਨੀ ਹਿੱਤਾਂ ਲਈ ਬੋਲਦੇ ਨੇ, ਬਿੱਲਾਂ ਨੂੰ ਰੱਦ ਕਰਾਉਣ ਲਈ ਬੋਲਦੇ ਨੇ। ਕੋਈ ਵੀ ਮੇਰੇ ਖਿਆਲ ਨਾਲ ਨਾ ਕਾਂਗਰਸੀ, ਨਾ ਅਕਾਲੀ, ਨਾ BJP ਕੋਈ ਵੀ ਬੰਦਾ ਹਜੇ ਤੱਕ ਉੱਤੇ ਆਇਆ ਨਹੀਂ ਜੀ। ਅਤੇ ਜਿਹੜੇ ਯਾਨੀ ਸਾਹਿਬ ਨੇ ਅਤੇ ਆਪਣੇ ਗਰੇਵਾਲ ਸਾਹਿਬ ਨੇ, ਇਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਹੁੰਦਾ ਕੀ ਨਹੀਂ। ਜਿੱਦਾਂ ਮਿਲ ਕਰਦੇ ਕੋਈ ਨਾ ਕੋਈ ਉਹੋ ਜਿਹਾ ਤੁੱਕ ਕਰ ਦਿੰਦੇ ਆ, ਕੋਈ ਨਾ ਕੋਈ ਗੱਲਬਾਤ ਕਰ ਦਿੰਦੇ ਆ ਨਾਲ ਦੇ ਆ, ਦੋ ਤੱਕ ਉਹਨਾਂ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਜੀ ਕਾਨੂੰਨ ਨਹੀਂ ਹੋਣੇ ਰੱਦ, ਜੇ ਮਸਲਾ ਕਰਨਾ ਕਿ ਹੋਰ ਮਸਲਾ ਕਰ ਲਓ। ਅੱਜ ਦੀ ਜਿਹੜੀ ਮੀਟਿੰਗ ਹੈਗੀ ਆ ਉਹਦੇ ਵਿੱਚ ਇਹ ਗੱਲ ਜਿਹੜੀਆਂ ਰਿਪੋਰਟਾਂ ਮਿਲਦੀਆਂ ਪਈਆਂ ਕਿ ਜਿਹੜੇ ਅਧਿਕਾਰ ਹੈਗੇ, ਇਹਦਾ ਅਧਿਕਾਰ ਹੈਗਾ ਕਿ ਬਿੱਲ ਲਾਗੂ ਕਰਨਾ ਕਿ ਨਹੀਂ ਕਰਨੇਗੇ, ਇਹ ਰਾਜ ਸਰਕਾਰ ਨੂੰ ਦਿੱਤਾ ਜਾ ਸਕਦਾ। ਪਰ ਕਿਸਾਨ ਆਗੂ ਨੇ ਮਨਾ ਕਰਤਾ ਕਿ ਇਹਨੇ ਨਹੀਂ, ਜੇਕਰ ਪੰਜਾਬ ਵਿੱਚ ਜਿਵੇਂ ਕੈਪਟਨ ਸਾਹਿਬ ਦੀ ਸਰਕਾਰ ਆ, ਕਾਂਗਰਸ ਉੱਥੇ ਤਾਂ ਨਾਂ ਲਾਗੂ ਹੋਣਗੇ, ਹਰਿਆਣਾ 'ਚ ਖੱਟਰ ਸਾਹਿਬ ਦੀ ਆ, ਹੁਣੇ ਉੱਥੇ ਲਾਗੂ ਕਰਦੇ ਨੇ ਕਰਦੇ ਨੇ ਜੀ। ਇਸ ਕਰਕੇ ਇਹਦਾ ਕੋਈ ਸਿੱਟਾ ਨਿਕਲਦਾ ਨਹੀਂ ਪਿਆ ਗਾ ਲੱਗਦਾ ਮੈਨੂੰ। ਤੇਰੀ ਮੀਟਿੰਗ ਹੈਗੀ ਆ, ਮੀਟਿੰਗ ਵੀ ਅੱਜ ਚੱਲ ਰਹੀ ਆ, ਹੁਣ ਸਟਾਰਟ ਹੋ ਚੁੱਕੀ ਆ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਸ਼ੋ, ਅਤੇ ਨਾਲ ਦੇ ਇੱਕ ਟਕੈਤ ਸਾਹਿਬ ਨੇ ਜਿਹੜੇ, ਨਾਮ ਉਹਨਾਂ ਦਾ ਹੈਗਾ ਪ੍ਰੋਪਰ
ਜਿਹੜੇ ਰਾਸ਼ਟਰੀ ਬੁਲਾਰੇ ਨੇ ਭਾਰਤੀ ਕਿਸਾਨ ਯੂਨੀਅਨ ਰਜੇਸ਼ ਟਕੈਟ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੋ ਸਕਦਾ ਕਿ ਜਿਹੜਾ ਅੰਦੋਲਨ ਹੈਗਾ ਲੋਕ ਸਭਾ ਚੋਣਾਂ ਤੱਕ ਵੀ ਚਲਾ ਜਾਵੇ। ਲੋਕ ਸਭਾ ਚੋਣਾਂ ਦਾ ਮਤਲਬ ਹੈ 2022 2024 ਤੱਕ, ਸੋਰੀ 2024-22 ਤਾਂ ਆਪਣੇ ਵਿਧਾਨ ਸਭਾ ਚੋਣਾਂ ਨੇ, ਵਿਧਾਨ ਸਭਾ ਤੱਕ ਤਾਂ ਨੋਰਮਲ ਚਲਾ ਹੀ ਜਾ ਸਕਦਾ, ਪਰ ਇਹ ਜਿਹੜਾ ਅੰਦੋਲਨ ਹੈ ਇਹ 2024 ਤੱਕ ਜਾ ਸਕਦਾ ਹੈ, ਕਿਉਂਕਿ ਉਦੋਂ ਇਲੈਕਸ਼ਨ ਹੋਣੇ ਆ ਜੇਕਰ ਇੱਕ ਸਰਕਾਰ ਮੰਗਾਂ ਨਹੀਂ ਮੰਨਦੀਗੀ। ਅਤੇ ਮੇਰਾ ਪਰਸਨਲ ਲੱਗਦਾ ਪਿਆ ਮੈਨੂੰ ਕਿ ਘੱਟੋ ਘੱਟ 1 ਸਾਲ ਤਾਂ ਅੰਦੋਲਨ ਚੱਲਦਾ ਰਹੇਗਾ। ਜੀ ਜੀ, ਕਿਉਂਕਿ ਸਰਕਾਰ ਵੀ ਹਰੀ ਹੋਈ ਹੈ, ਅਤੇ ਨਾਲ ਦੀ ਇੱਕ ਗੱਲ ਹੋਰ ਵੀ ਹੈ, ਜਿਹੜੇ ਲੀਡਰ ਕਹਿ ਰਹੇ ਸੀ ਜਾਨੀ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਇਹ ਬਿੱਲ ਕੈਂਸਲ ਹੁੰਦੇ ਆ ਤਾਂ ਅਗਲੇ ਜਿਹੜੇ ਬਿੱਲ ਹੈਗੇ ਆ ਫਿਰ ਦੂਜੇ ਵੀ ਲੋਕ ਰੌਲਾ ਪਾਉਣਗੇ। ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਕੋਈ ਸਮਝ ਨਹੀਂ ਆਉਂਦੀ ਕੀ ਸੋਚ ਕੇ ਬੋਲਦੇ ਆ ਕੀ ਨਹੀਂ। ਜੀ, ਇੱਕ ਰਾਜਾ ਹੁੰਦਾ ਜਿਹਦੀ ਪ੍ਰਜਾ ਖੁਸ਼ ਹੀ ਹੈ ਨਹੀਂ ਗੀ, ਜੇ ਜਨਤਾ ਖੁਸ਼ ਨਹੀਂ ਹੈਗੀ ਗੀ, ਜੇ ਉੱਤੇ ਕੋਈ ਥਾਪਦੀ ਪਈ ਆ, ਜਨਤਾ ਨੂੰ ਹੱਕ ਆ ਪ੍ਰੋਟੈਸਟ ਕਰਨ ਦਾ। ਜੀ, ਲੋਕਤੰਤਰ ਵਿੱਚ ਪੂਰਾ ਹੱਕ ਹੈ, ਅਤੇ ਉਸ ਹੱਕ ਦੇ ਨਾਤੇ ਕਿਸਾਨ ਬੈਠੇ ਨੇ, ਅਤੇ ਜੇ ਦੂਜੇ ਕੋਈ ਧਰਮ ਦੇ ਨਾਲ ਜਾਂ ਕੋਈ ਹੋਰ ਵੀ ਬੰਦਾ ਬੈਠਦਾ ਕਿਸੇ ਗੱਲ ਨਹੀਂ ਬੈਠਦਾ, ਬਿਨਾਂ ਗੱਲ ਤਾਂ ਬੈਠਦਾ ਨਹੀਂ। ਬਾਕੀ ਦੇਖਦੇ ਹਾਂ ਕੀ ਬਣਦਾ ਹੈਗਾ ਕੀ ਨਹੀਂ। ਜੀ ਜੀ, ਮੰਪੀ ਜੀ, ਤੁਸੀਂ ਟਰੈਕਟਰ ਰੈਲੀ ਦੀ ਗੱਲ ਕੀਤੀ ਸੀਗੀ, ਟਰੈਕਟਰ ਰੈਲੀ ਦੇ ਵਿੱਚ ਜਿਹੜਾ ਹੈਗਾ ਕੁਝ ਕੁ ਮੀਡੀਆ ਜਿਹੜਾ ਹੈਗਾ, ਕੋਈ ਕਹਿ ਰਿਹਾ ਸੀ ਕਿ 10,000 ਟਰੈਕਟਰ ਪਹੁੰਚਿਆ, ਕੋਈ ਕਹਿ ਰਿਹਾ 15 ਪਹੁੰਚਿਆ, ਕੋਈ ਕਹਿ ਰਿਹਾ 20 ਪਹੁੰਚਿਆ, ਪਰ ਜਿਹੜੇ ਸੂਤਰਾਂ ਦੇ ਸਹੀ ਸੂਤਰਾਂ ਦੀ ਜਾਣਕਾਰੀ ਦੇ ਮੁਤਾਬਕ ਤੁਸੀਂ ਦੱਸਿਆ ਕਿ 50,000 ਟਰੈਕਟਰ ਪਹੁੰਚਿਆ ਪਲੱਸ। ਹਾਂਜੀ, ਤੁਸੀਂ ਇਹਨੂੰ ਕੀ ਕਹਿ ਰਹੇ ਹੋ ਕਿ ਜਿਹੜਾ ਹੈਗਾ ਜਿਹੜਾ ਦੂਜਾ ਮੀਡੀਆ ਹੈਗਾ ਗੋਦੀ ਮੀਡੀਆ, ਇਹ ਕਿਉਂ ਇੱਕ ਵਾਰ-ਵਾਰ ਕਿਉਂ ਕਰ ਰਿਹਾ ਕੋਸ਼ਿਸ਼? ਦੇਖੋ ਜੀ, ਗੋਦੀ ਮੀਡੀਆ ਬਾਰੇ ਕੁਝ ਕਹਿਣਾ ਨਾ ਕਹਿਣਾ ਹੁਣ ਕੀ ਕਹੀਏ, ਕਹਿਣਾ ਡੈਲੀ ਨਹੀਂ ਕਰਦਾ ਹੈਗਾ। ਜੀ, ਕੁਝ ਚੈਨਲ ਤਾਂ ਇਹੋ ਜਿਹੇ ਜਿਨ੍ਹਾਂ ਨੇ ਟੋਟਲੀ ਬੰਦ ਕਰਤੀ ਕਵਰੇਜ ਦੇਣੀ, ਅਤੇ ਜੇ ਕੁਝ ਚੈਨਲ ਇਹੋ ਜਿਹੇ ਨੇ ਜਿਹੜੇ ਆਪਣੇ ਮਾਈਕ ਦੇ ਉੱਤੇ ਲੋਗੋ ਲਗਾ ਕੇ ਲੋਗੋ ਲਾ ਕੇ ਜਾਂਦੇ ਪਏ ਆ, ਅਤੇ ਉਹਨਾਂ ਨੂੰ ਫਿਰ ਇਹ ਹੁੰਦਾ ਕਿ ਕੋਈ ਨਾ ਕੋਈ ਤਾਂ ਖਾਮੀ ਲੱਭੀ ਜਾਵੇ ਅਤੇ ਅੱਗੇ ਆਪਣੇ ਆਕਾਵਾਂ ਨੂੰ ਦੱਸੀ ਜਾਵੇ ਕਿ ਇਹਦਾ ਜਿਹੜਾ ਗੋਦੀ ਮੀਡੀਆ 'ਚ ਪ੍ਰਚਾਰ ਕੀਤਾ ਹੋਇਆ ਕਿ ਕਿਸਾਨਾਂ ਦੇ ਇਹ ਚੱਕਲਦਾ ਪਿਆ ਉਹ ਚੱਲਦਾ ਪਿਆ ਹੈਗਾ। ਇੱਕ ਗੱਲ ਤੁਹਾਨੂੰ ਹੋਰ ਕਹਾਂਗਾ ਜਗਰਾਜ ਜੀ, ਜਿਹੜੀ ਮੇਰੇ ਮਨ 'ਚ, ਮੈਂ ਇੱਕ ਦੋਸਤ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀਗੀ। ਅੱਛਾ ਜੀ, ਕਾਫੀ ਕਿਸਾਨ ਸ਼ਹੀਦ ਹੋ ਰਹੇ ਨੇ, ਖਾਸ ਕਰਕੇ ਪ੍ਰੋਬਲਮ ਆ ਰਹੀ ਹੈ ਹਾਰਟ ਅਟੈਕ ਦੀ। ਮੈਂ ਡਾਕਟਰ ਸਾਹਿਬ ਨਾਲ ਗੱਲ ਕਰੀ, ਮੇਰੇ ਇੱਕ ਬਹੁਤ ਦੋਸਤ ਨੇ ਖਾਸ, ਉਹਨਾਂ ਨਾਲ ਵੀ ਗੱਲ ਕਰੀ, ਉਹਨਾਂ ਨੇ ਇਹ ਗੱਲ ਕਹੀ ਇਹਦੇ ਪਿੱਛੇ 2 ਰੀਜ਼ਨ ਹੋ ਸਕਦੇ। ਜੀ, ਕਿਉਂਕਿ ਉੱਥੇ ਲੰਗਰ ਗੁਰੂ ਨਾਨਕ ਦਾ ਚੱਲਦਾ, ਸਾਰਾ ਕੁਝ ਪਿਓਰ ਮਿਲਦਾ ਪਿਆ, ਅਤੇ ਲੋਕਾਂ ਦਾ ਯਾਨੀ ਕਿ ਵਰਜਿਸ਼ ਹੈ ਨਹੀਂ ਗੀ ਬਿਲਕੁਲ ਵੀ। ਇਹ ਹੋਣਾ ਚਾਹੀਦਾ ਕਿ ਜਦੋਂ ਕੁਝ ਆਪਾਂ ਖਾ ਪੀ ਲੈਂਦੇ ਹਾਂ ਕਮ ਸੇ ਕਮ 100-200 ਕਦਮ ਤੁਰਿਆ ਜਾਵੇ ਅਤੇ ਆਪਾਂ ਨੂੰ ਪ੍ਰੋਬਲਮਾਂ ਘੱਟ ਜਾਣਗੀਆਂ। ਇੱਕ ਬਾਰਡਰ ਦੂਜੇ ਤੱਕ ਖਤਮ ਹੁੰਦਾ, ਇੱਕ ਗੇੜਾ ਰੋਜ਼ ਦਾ ਲਾਉਣ ਹਰੇਕ ਬੰਦਾ ਲਾਵੇ ਜੀ, ਤਾਂ ਉਹਨਾਂ ਬਹੁਤ ਫਰਕ ਪੈ ਜੂ। ਕਹਿੰਦਾ ਭਾਵ ਵੀ ਉੱਥੇ ਕੰਮ ਹੈ ਨਹੀਂ ਆ ਅਤੇ ਜਿਹੜਾ ਖੁਰਾਕ ਆ ਖੁਰਾਕ ਜ਼ਿਆਦੇ ਆ, ਅਤੇ ਸਾਡੇ ਜਿਹੜੇ ਕਿਸਾਨ ਆ ਉਹ ਫੇਰਾ ਤੁਰਾ ਜਿਹੜਾ ਮੇਰੇ ਹਿਸਾਬ ਨਾਲ ਘੱਟ ਕਰਦੇ ਹੋਣਗੇ, ਕਿਉਂਕਿ ਇੱਥੇ ਰਹਿੰਦੇ ਆ, ਇੱਥੇ ਫੇਰਾ ਤੁਰਾ ਹੁੰਦਾ ਬਹੁਤ ਆ, ਜਿਹੜੇ ਖੇਤ ਚਲੇ ਗਏ, ਖੇਤੋਂ ਪਾਣੀ ਲਾ ਕੇ ਆਇਆ ਜਾਂ ਮੋਟਰ 'ਤੇ ਉਹ ਨੱਕਾ ਮੋੜਤਾ, ਆਹ ਕਰ ਲਿਆ, ਉਹ ਪੱਠੇ ਵੱਢ ਲਿਆ, ਉਹ ਮੱਝਾਂ ਨੂੰ ਪਾ ਤੇ ਜਾਂ ਨਿਰਾ ਚਾਰਾ ਜਿਹੜਾ ਲਾਤਾ, ਇੱਦਾਂ ਪੰਜਾਬ ਦੇ ਵਿੱਚ ਜਿਹੜੇ ਕੰਮ ਕਰਦੇ ਰਹਿੰਦੇ ਨੇ, ਉੱਥੇ ਕੰਮ ਜਿਹੜਾ ਹੈ ਨਹੀਂ ਗਾ, ਅਤੇ ਖੁਰਾਕ ਜ਼ਿਆਦਾ ਉਹਦੀ ਹੈਵੀ ਆ, ਵਧੀਆ ਜੇ ਖਰਾਬ ਆ ਜੀ, ਤਾਂ ਕਰਕੇ ਇਹ ਦੇਖਣਾ ਚਾਹੀਦਾ ਕਿ ਜੋ ਵੀ ਕੋਈ ਗੰਦਾ ਹੈਗਾ ਇੱਕ ਦਿਨ ਦਾ ਕਮ ਸੇ ਕਮ, ਜੇ ਕੁੰਡਲੀ ਬਾਰਡਰ 'ਤੇ ਬੈਠਿਆ ਜਾਂ ਸੰਘੂ ਬਾਰਡਰ, ਕੁੰਡਲੀ ਬਾਰਡਰ ਜਿੱਥੇ ਖਤਮ ਹੁੰਦਾ ਹੈਗਾ ਰਾਈ ਤੱਕ, ਉੱਥੋਂ ਤੱਕ ਅੱਗੇ ਦਾ ਜ਼ਰੂਰ ਲਵਾਉਣ। ਮੰਪੀ ਜੀ, ਗੱਲ ਕਰੀਏ ਜੇ ਅੱਜ ਦੀ ਮੀਟਿੰਗ ਦੀ, ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਪਹੁੰਚ ਚੁੱਕੇ ਨੇ ਵਿਗਿਆਨ ਭਵਨ ਦੇ ਵਿੱਚ, ਅਤੇ ਉੱਧਰੋਂ ਕੇਂਦਰੀ ਜਿਹੜੇ ਮੰਤਰੀ ਨੇ ਉਹ ਵੀ ਪਹੁੰਚ ਚੁੱਕੇ ਨੇ, ਹਮੇਸ਼ਾ ਦੀ ਤਰ੍ਹਾਂ ਜਿਹੜੇ ਹੈਗੇ ਆ ਆਪਣੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਅਤੇ ਉਹਨਾਂ ਦੇ ਨਾਲ ਹੋਰ ਜਿਹੜੇ 1-2 ਮੰਤਰੀ ਆ ਉਹ ਵੀ ਮੌਜੂਦ ਹੀ ਹੋਣਗੇ, ਅਤੇ ਨਾਲ ਪੂਰਾ ਉਹਨਾਂ ਦਾ ਅਧਿਕਾਰੀ ਜਿਹੜੇ ਹੋਰ ਵੀ ਉਹ ਵੀ ਹੋਣਗੇ। ਕੀ ਲੱਗਦਾ, ਕਿਉਂਕਿ ਜਿਹੜਾ ਕੱਲ੍ਹ ਹਰਜੀਤ ਗਰੇਵਾਲ ਦਾ ਤੁਸੀਂ ਕਹਿ ਰਹੇ ਹੋ ਕਿ ਟੀ ਵੀ ਦੇ ਉੱਤੇ ਵਾਕਈ ਬਿਆਨ ਆ ਰਿਹਾ ਸੀ, ਇੱਕ ਗੱਲ ਹੋਰ ਦੇਖਣ ਨੂੰ ਮਿਲੀ ਆ, ਹਰਜੀਤ ਗਰੇਵਾਲ ਕਹਿ ਰਹੇ ਕਿ ਉਹ ਮੀਡੀਆ 'ਤੇ ਬਲੇਮ ਲਾਉਂਦੇ ਕਿ ਤੁਸੀਂ ਯਾਰ ਸਾਨੂੰ ਭੜਕਾ ਕੇ ਲਾਉਣ ਲਈ ਗੱਲ ਕਰਦੇ ਹਾਂ। ਮੇਰੇ ਹਿਸਾਬ ਨਾਲ ਤੁਸੀਂ ਵੀ ਦੇਖਿਆ ਹੋ, ਜਿਹੜਾ ਤੁਹਾਡੀ ਮੁਸਕਾਨ ਦੱਸ ਰਹੀ ਹੈ ਕਿ ਤੁਸੀਂ ਵੀ ਦੇਖਿਆ ਹੋਊਗਾ, ਇਹ ਕਿਸ ਤਰ੍ਹਾਂ ਦਾ ਦੇਖਦੇ ਹੋ? ਕਿਉਂਕਿ ਇਹ ਪੰਜਾਬ ਦੇ ਲੀਡਰ ਨੇ, ਭਾਜਪਾ ਦੇ ਸੀਨੀਅਰ ਲੀਡਰ ਨੇ, ਲੋਕਾਂ ਨੂੰ ਇੱਥੋਂ ਤੱਕ ਉਮੀਦ ਸੀਗੀ ਕਿ ਇਹ ਪੰਜਾਬ ਦੇ ਨੇ, ਕਿ ਕੱਲ੍ਹ ਜਿਹੜਾ ਨਰਿੰਦਰ ਮੋਦੀ ਜੀ ਨਾਲ ਇਹ ਮੁਲਾਕਾਤ ਕੀਤੀ ਆ, ਉਹਨਾਂ ਦੇ ਵਿੱਚ ਇਹਨਾਂ ਨੇ ਕੋਈ ਜਿਹੜਾ ਖੇਤੀ ਅੰਦੋਲਨ 'ਤੇ ਕੋਈ ਗੱਲਬਾਤ ਕੀਤੀ ਹੋਊਗੀ, ਪਰ ਜਿੱਥੇ ਪੱਤਰਕਾਰ ਸਾਡਾ ਕੋਈ ਸਵਾਲ ਕਰ ਰਿਹਾ ਸੀ ਉੱਥੇ ਇਹ ਕਹਿ ਰਹੇ ਕਿ ਅਸੀਂ ਇਸ ਬਾਰੇ ਤਾਂ ਕੋਈ ਚਰਚਾ ਹੀ ਨਹੀਂ ਕੀਤੀ, ਫਿਰ ਤੁਸੀਂ ਲੈਣ ਕੀ ਗਏ ਉੱਥੇ ਵੀ? ਕਹਿੰਦੇ ਕਿ ਨਰਿੰਦਰ ਮੋਦੀ ਸਭ ਵੇਖ ਰਹੇ ਨੇ ਤਾਂ ਫਿਰ ਬੋਲ ਨਹੀਂ ਰਹੇ, ਇਹਨਾਂ ਬਾਰੇ ਕੋਈ ਗੱਲਬਾਤ ਕੀਤੀ ਨਹੀਂ। ਕੁਝ ਬਿਆਨ ਨੂੰ ਦੇਖ ਕੇ ਹਾਸਾ ਆਉਂਦਾ, ਇੱਕ ਸੀਨੀਅਰ ਲੀਡਰ ਹੋ ਕੇ ਇਹੋ ਜਿਹੀ ਗੱਲ ਕਰ, ਸਾਫ਼ ਹੀ ਮੁੱਕਰ ਰਹੇ ਨੇ ਕਿ ਅਸੀਂ ਤਾਂ ਖੇਤੀ ਅੰਦੋਲਨ 'ਤੇ ਕੋਈ ਗੱਲ ਹੀ ਨਹੀਂ ਕੀਤੀ, ਫਿਰ ਤੁਸੀਂ ਲੈਣ ਦੂਜੀ ਗੱਲ ਹੋਰ ਵੀ ਨਾ ਕਿ ਨਾਲ ਦੇ ਸਿੱਧਾ ਹੀ ਕਹਿ ਰਹੇ ਨੇ ਕਿ ਕਾਨੂੰਨ ਰੱਦ ਹੋਣੇ ਨਹੀਂ ਹੋਣੇ। ਹਾਂ, ਇਹਦਾ ਮਤਲਬ ਫਿਰ ਕੋਈ ਹਿੱਤਾ ਅੱਜ ਦੀ ਮੀਟਿੰਗ 'ਚ ਮੈਨੂੰ ਗੱਲ ਕੀਤੀ, ਅੱਜ ਦੀ ਮੀਟਿੰਗ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਹਿੱਤਾ ਨਿਕਲੂਗਾ, ਕਿਉਂਕਿ ਸਰਕਾਰ ਉਸੇ ਗੱਲ 'ਤੇ ਰਹੀ ਹੋਈ ਹੈ ਕਿ ਜਿਹੜੇ ਕਾਨੂੰਨ ਹੈਗੇ ਰੱਦ ਨਹੀਂ ਹੋਣਗੇ, ਸੋਢਾਂ ਕਰਵਾ ਲਓ, ਸੋਢਾਂ ਜਿਹੜੀਆਂ ਕਿਸਾਨ ਕਰਾਉਣਗੇ ਨਹੀਂ, ਕਿਉਂਕਿ ਸੋਢਾਂ ਦਾ ਇਹ ਹੈ ਕਿ ਅੱਜ ਇੱਕ ਸੋਧ ਹੋ ਗਈ, ਕੱਲ੍ਹ ਦੂਜੀ ਸਰਕਾਰ ਆ ਕੇ ਕੋਈ ਹੋਰ ਸੋਧ ਕਰ ਦੇ ਜੀ,
ਇਸ ਕਰਕੇ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਾਨੂੰਨ ਇਹ ਜਿਹੜਾ ਸੰਘਰਸ਼ ਹੈ ਕਾਫੀ ਲੰਮਾ ਚੱਲ ਸਕਦਾ ਇੱਕ ਸਾਲ ਦੇ ਉੱਪਰ ਵੀ ਚੱਲ ਸਕਦਾ ਮੇਰੀ ਆਪਦੀ ਸੋਚਣੀ ਹੈ ਇਹ ਕਿਉਂਕਿ ਜਿਵੇਂ ਪਿਛਲਾ ਆਪਾਂ ਦੇਖੀਏ ਮੋਦੀ ਸਾਹਿਬ ਨੂੰ ਦੇਖੀਏ ਦੂਜੇ ਜਿਹੜੇ ਕਾਨੂੰਨਾਂ ਨੂੰ ਦੇਖੀਏ ਤਾਂ ਕੁਛ ਪਤਾ ਨਹੀਂ ਕਿੰਨਾ ਲੰਮਾ ਚੱਲੇ ਦੂਜੇ ਪਾਸੇ ਮਨਪ੍ਰੀਤ ਜੀ ਜੈਣੀ ਜੀ ਕੱਲ੍ਹ ਦੇਖ ਰਹੇ ਸੀ ਟੀਵੀ ਦੇ ਵਿੱਚ ਇੰਟਰਵਿਊ ਕਹਿੰਦੇ ਕਿ ਅਸੀਂ ਜਿਹੜਾ MSP 'ਤੇ ਕਾਨੂੰਨੀ ਗਰੰਟੀ ਦੇਣ ਨੂੰ ਤਿਆਰ ਹਾਂ ਪਰ ਕਿਸਾਨ ਇਹ ਲੈ ਨਹੀਂ ਰਹੇ ਕਿਸਾਨ ਵੀ ਆਪਦੀ ਜਿਹੜੀ ਹੈਂਡ 'ਤੇ ਅੜੇ ਹੋਏ ਨੇ ਉਹਨਾਂ ਨੂੰ ਵੀ ਥੋੜ੍ਹਾ ਬਹੁਤਾ ਜਿਹੜਾ ਕਰਨਾ ਚਾਹੀਦਾ ਨਹੀਂ ਤੁਸੀਂ ਗਰੰਟੀ ਲੈ ਕੇ ਦੇ ਦੇ ਨਹੀਂ ਉਹ ਜੀ ਗਰੰਟੀ ਲਿਖਣ ਦੀ ਗੱਲ ਉਵੇਂ ਨਹੀਂ ਹੈਗੀਗੀ ਕਿਸਾਨ ਕਹਿੰਦੇ ਪਏ ਆ MSP ਦਾ ਕੋਈ ਤੁਹਾਨੂੰ ਇਹਦਾ ਮੈਂ ਤਰੀਕਾ ਸਮਝਾਉਣਾ ਹੁਣ ਤੁਹਾਨੂੰ ਪ੍ਰੋਪਰ ਦੱਸਦਾ ਹੁੰਦਾ ਕਿ MSP ਦੀ ਕਾਨੂੰਨੀ ਗਰੰਟੀ ਮਿਲ ਗਈ ਠੀਕ ਜੀ ਦੋ ਸਾਲ ਤਾਂ MSP 'ਤੇ ਲੈ ਲਊ ਕੋਈ ਵਪਾਰੀ ਤੀਜੇ ਸਾਲ ਕਹੂਗਾ ਜੀ ਮੈਨੂੰ ਪੱਲੇ ਨਹੀਂ ਮੇਰੇ ਕੁਛ ਪੈਂਦਾ ਹੈਗਾ ਮੈਂ ਇੰਨੇ 'ਤੇ ਨਹੀਂ ਲੈ ਸਕਦਾ ਹੈਗਾ ਅਤੇ ਕਿਸਾਨ ਨੂੰ ਦੇਣੀ ਪੈਣੀ ਆ ਕਿਉਂਕਿ ਫਸਲ ਨਹੀਂ ਰੱਖ ਸਕਦਾ ਘਰੇ ਕੀ ਹੋਊਗਾ ਜੇ 1500 ਰੁਪਏ MSP ਰੇਟ ਇਹ ਤੈਅ ਹੋਇਆ ਵਾ ਉਹਨੂੰ ਕਹੋਗੇ ਤੇਰੇ ਅਕਾਊਂਟ 'ਤੇ 1500 ਰੇਟ ਪਾ ਦਾਂਗੇ ਅਤੇ 1000 ਰੁਪਇਆ ਚ ਅਸੀਂ ਤੈਨੂੰ ਲੈ ਰਹੇ ਹਾਂ ਅਤੇ 500 ਤੂੰ ਸਾਨੂੰ ਕੈਸ਼ ਕਢਾ ਕੇ ਵਾਪਸ ਦੇਗਾ ਜਿਹੜਾ ਆਮ ਚੱਲਦਾ ਹੈਗਾ ਇਹ ਚੀਜ਼ ਹੋਣਾ ਇੱਕ ਕਾਲਾ ਇੱਕ ਹੋਰ ਮਾਲੀ ਕਮਾਈ ਦਾ ਸਾਧਨ ਖੁੱਲ ਜੂਗਾ ਇਸ ਕਰਕੇ ਕਿਸਾਨ ਕਹਿ ਰਹੇ ਨੇ ਕਿ ਜਿਹੜੇ ਪਹਿਲੇ 3 ਬਿੱਲ ਆ ਜੇ ਉਹ ਰਹਿਣਗੇ ਤਾਂ MSP ਦਾ ਕੋਈ ਮਹੱਤਵ ਰਹਿ ਹੀ ਨਹੀਂ ਜਾਂਦਾ ਠੀਕ ਆ ਸ਼ੋਸ਼ਣ ਹੋਊਗਾ ਕਿਸਾਨਾਂ ਦਾ ਬਹੁਤ ਜ਼ਿਆਦਾ ਜੀ ਜਦੋਂ ਆਪਣੀ ਨੋਟਬੰਦੀ ਹੋਈ ਸੀਗੀ ਬਹੁਤ ਸਾਰੇ ਕਾਲਜਾਂ ਨੇ ਕੀ ਕੀਤਾ ਕਿ 4,000 ਰੁਪਇਆ ਪੁਰਾਣੇ ਨੋਟ ਦਿੱਤੇ ਸੀ ਆਪਦੇ ਟੀਚਰ ਜਿਹੜੇ ਲੱਕ ਰੱਖੇ ਹੋਏ ਸੀਗੇ ਕਾਲਜ ਸਕੂਲਾਂ ਦੀ ਗੱਲ ਆ ਦੇਖਿਆ ਜੋ ਅਸੀਂ ਜੀ ਉਹਨਾਂ ਨੂੰ ਕਹਿੰਦੇ ਬੈਂਕ ਜਾਓ ਵਟਾ ਕੇ ਲਿਆ ਕੇ ਸਾਨੂੰ ਦਿਓ ਆਹੀ ਕੁਛ ਹੋਣਾ ਹੈਗਾ ਜਿਹਦੇ 2 ਨੰਬਰ ਦਾ ਹੈਗਾ ਉਹ ਵਧਣਾ ਘਟਣਾ ਨਹੀਂ ਗਾ ਕਾਲਾ ਕਾਲੀ ਕਮਾਈ ਦਾ ਸਾਧਨ ਬਣ ਜਾਣਾ ਕਿਸਾਨਾਂ ਸ਼ੋਸ਼ਣ ਹੋਊਗਾ ਇਸ ਕਰਕੇ ਕਿਸਾਨ ਕਹਿੰਦੇ ਨੇ ਕਿ ਪਹਿਲਾਂ ਰੱਦ ਹੋਣ ਬਾਅਦ 'ਚ ਦੇਖਾਂਗੇ MSP ਦਾ ਕੀ ਕਰਨਾ ਲੱਗਦਾ ਸੀ ਕਿ ਜਿਹੜੀ ਪਹਿਲਾਂ ਮੀਟਿੰਗ ਦੇ ਵਿੱਚ ਇੱਕ ਦੋ ਜਿਹੜੀ ਉਹਨਾਂ ਨੇ ਕਿਹਾ ਕਿ 2 ਤੁਹਾਡੀਆਂ ਜਿਹੜੀਆਂ ਮੰਗਾਂ ਸੀ ਮੰਨ ਲਈਆਂ ਜਿਹੜਾ ਇੱਕ ਸੀ ਬਿਜਲੀ ਦਾ ਅਤੇ ਇੱਕ ਪਰਾਲੀ ਵਾਲਾ ਸੀਗਾ ਜਗਰਾਜ ਜੀ ਮੈਂ ਤੁਹਾਨੂੰ ਇਹ ਗੱਲ ਜਦੋਂ ਆਪਾਂ ਸਟਾਰਟ ਕਰ ਉਹਦੇ ਤੁਹਾਨੂੰ ਕਹਿੰਦਾ ਪਿਆ ਇਹ ਜਿਹੜੇ 2 ਬਿੱਲ ਸੀ ਨਾ ਇਹ ਤਾਂ ਸਿਰਫ ਇੱਕ ਹਊਆ ਸੀਗਾ ਕਿ ਚਲੋ ਕੋਈ ਗੱਲ ਨਹੀਂ ਲੋਲੀਪੌਪ ਕਹਿ ਲਈਏ ਲੋਲੀਪੌਪ ਸੀਗਾ ਇਹ ਹਊਆ ਬਣਾਇਆ ਗਿਆ ਸੀਗਾ ਕਿ ਕੋਈ ਗੱਲ 1 ਕਰੋੜ ਦਾ ਜਿਹੜਾ ਹੈਗਾ ਜੁਰਮਾਨਾ ਲਗਾ ਰਹੋ ਕਿਸਾਨ ਕਹਿੰਦੇ ਉਹ ਬਿੱਲ ਮਾਫ਼ ਕਰੋ ਅਸੀਂ ਕਰ ਹੀ ਦੇਣੇ ਹੈਗੇ ਆ ਕਹਿੰਦੇ ਹੁੰਦੇ ਕਿ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਤਾਂ ਕੋਈ ਬਣਦਾ ਵੀ ਨਹੀਂ ਕੋਈ ਮਾਇਨਾ ਵੀ ਨਹੀਂ ਬਣਦਾ 1 ਕਰੋੜ ਜਿਹੜਾ ਪਰਾਲੀ ਨੂੰ ਅੱਗ ਲਾਉਣ ਦਾ ਜੁਰਮਾਨਾ ਕੀਤਾ ਹੈਗਾ ਜਾਂ ਬਿਜਲੀ ਜਾਂ ਐਕਟ ਉਹਨਾਂ ਨੇ ਲਿਆਉਂਦਾ ਸੀ ਇਹ ਤਾਂ ਇੱਕ ਵੈਸੇ ਹੀ ਬਣਾਇਆ ਸੀ ਉਹਨਾਂ ਨੇ ਕਿ ਚਲੋ ਧਿਆਨ ਭਟਕ ਜੇ ਇਹਨਾਂ ਦਾ ਹੋਰ ਕਿਸੇ ਗੱਲੋਂ ਨਹੀਂ ਸੀਗੇ ਜੀ ਹੋਰ ਦੱਸੋ ਬਿਲਕੁਲ ਇਹ ਇੱਕ ਲੋਲੀਪੌਪ ਦੀ ਤਰ੍ਹਾਂ ਹੀ ਇਹਨਾਂ ਨੇ ਇੱਕ ਸਿੱਟਾ ਸੀ ਵੀ ਸਾਡਾ ਜਿਹੜਾ ਚੱਲ ਜੂਗਾ ਕਿਸਾਨ ਖੁਸ਼ ਹੋ ਜਾਣਗੇ ਸਾਡੀਆਂ 2 ਮੰਗਾਂ ਮੰਨ ਲਈਆਂ ਚਲੋ ਵੀ ਚੱਲੀਏ ਆਪਾਂ ਘਰਾਂ ਨੂੰ ਪਰ ਇਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦਾ ਵਹਿਮ ਆ ਜਿਹੜਾ ਕਿਸਾਨ ਉਹ ਦਿਨ ਬੇ ਦਿਨ ਉੱਥੇ ਵੱਧਦਾ ਜਾ ਰਿਹਾ ਹੈ ਇੱਕ ਹੋਰ ਗੱਲ ਕਰਦੇ ਆ ਕਿ ਬਰਡ ਫਲੂ ਆ ਰਿਹਾ ਜੀ ਹਿਮਾਚਲ ਦੇ ਵਿੱਚ ਹਰਿਆਣੇ ਦੇ ਰਾਜਸਥਾਨ 'ਚ ਕਈ ਕੇਸ ਆ ਚੁੱਕੇ ਨੇ ਪੰਚਕੁਲਾ ਦੇ ਵਿੱਚ ਵੀ ਕਾਫੀ ਜਿਹੜਾ ਹੈ ਪੰਚਕੁਲਾ 'ਚ ਆ ਗਏ ਨੇ ਚੰਡੀਗੜ੍ਹ 'ਚ ਆ ਗਏ ਪੰਜਾਬ ਵਾਲੇ ਬਚਿਆ ਹੋਇਆ ਤੁਹਾਨੂੰ ਇੱਕ ਸਲਾਹ ਦੇਵਾਂਗਾ ਮੈਂ ਪਰਸਨਲੀ ਤੌਰ 'ਤੇ ਜੀ ਜੇਕਰ ਤੁਸੀਂ ਨੌਨ ਵੈਜ ਵਗੈਰਾ ਖਾਂਦੇ ਹੋ ਤਾਂ ਪ੍ਰੋਪਰ ਉਬਾਲ ਕੇ ਆਂਡਾ ਵੀ ਪ੍ਰੋਪਰ ਉਬਾਲ ਕੇ 100 ਡਿਗਰੀ 'ਤੇ ਪਕਾ ਕੇ ਖਾਓ ਉਵੇਂ ਨਾ ਖਾਓ ਨਹੀਂ ਤਾਂ ਕੱਲ੍ਹ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ 100 ਡਿਗਰੀ 'ਤੇ ਇਹ ਚੀਜ਼ਾਂ ਜਿਹੜੀਆਂ ਫਲੋਰ ਹੋਏ ਖਤਮ ਹੋ ਜਾਂਦਾ ਹੈਗਾ ਜੀ ਸੋ ਦੋਸਤੋ ਦੇਖਦੇ ਹਾਂ ਅੱਜ ਦੀ ਮੀਟਿੰਗ ਦੇ ਵਿੱਚੋਂ 8ਵੇਂ ਗੇੜ ਦੀ ਅੱਜ ਮੀਟਿੰਗ ਹੋਣ ਜਾ ਰਹੀ ਆ ਔਰ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਸਾਡੇ ਜਿਹੜੇ ਕਿਸਾਨ ਆ ਇੰਨੇ ਮੀਂਹ ਹਨੇਰੀ ਦੇ ਵਿੱਚ ਉੱਥੇ ਜਿਹੜਾ ਹੈਗਾ ਡਟੇ ਹੋਏ ਨੇ ਮੁਸ਼ਕਲਾਂ ਦਾ ਸਾਹਮਣਾ ਵੀ ਬੜਾ ਕਰਨਾ ਪੈ ਰਿਹਾ ਕਾਫੀ ਅਸੀਂ ਆਪਦੇ ਕਿਸਾਨ ਜਿਹੜੇ ਗਵਾ ਵੀ ਚੁੱਕੇ ਹਾਂ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਔਰ ਅੱਜ ਦੀ ਮੀਟਿੰਗ ਜਿਹੜੀ 8ਵੇਂ ਗੇੜ ਦੇ ਵਿਗਿਆਨ ਭਵਨ ਦੇ ਵਿੱਚ ਸਾਡੇ ਜਿਹੜੇ ਕਿਸਾਨ ਆਗੂ ਅਤੇ ਕੇਂਦਰੀ ਮੰਤਰੀ ਬੈਠੇ ਹੋਏ ਨੇ ਦੇਖੋ ਫਿਰ ਕੀ ਸਿੱਟਾ ਨਿਕਲਦਾ ਅੱਜ ਦੀ ਮੀਟਿੰਗ ਦਾ ਪਰ ਜ਼ਿਆਦਾ ਉਮੀਦਾਂ ਅੱਜ ਦੀ ਮੀਟਿੰਗ ਤੋਂ ਨਹੀਂ ਰੱਖੀਆਂ ਜਾ ਸਕਦੀਆਂ ਕਿਉਂਕਿ ਜਿਹੜੇ ਹਿਸਾਬ ਨਾਲ ਉਹਨਾਂ ਦੀ ਜਿਹੜੇ ਬਿਆਨ ਨੇ ਭਾਜਪਾ ਆਗੂਆਂ ਦੇ ਬਿਆਨ ਨੇ ਚਾਹੇ ਉਹ ਸੁਰਜੀਤ ਜੈਣੀ ਜੀ ਲਾ ਲਈਏ ਚਾਹੇ ਉਹ ਗਰੇਵਾਲ ਜੀ ਲਾ ਲਈਏ ਪਰ ਉਹਨਾਂ ਦੀਆਂ ਗੱਲਾਂ ਤੋਂ ਸਾਫ਼ ਜਿਹੜਾ ਦਿਖਾਈ ਦੇ ਰਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੁਛ ਖਾਸ ਜਿਹੜਾ ਸਿੱਟਾ ਨੂੰ ਨਹੀਂ ਨਿਕਲਣ ਵਾਲਾ ਸੋ ਦੇਖਦੇ ਹਾਂ ਇਹ ਅੰਦੋਲਨ ਕਿੰਨਾ ਕੁ ਹੋਰ ਲੰਬਾ ਹੋ ਸਕਦਾ ਜਿਸ ਤਰ੍ਹਾਂ ਦੀ ਅਪਡੇਟ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸੋ ਅੱਜ ਦੇ ਜਿਹੜੇ ਸ਼ੋਅ ਨੂੰ ਤੁਸੀਂ ਲਾਈਕ ਅਤੇ ਕਮੈਂਟ ਅਤੇ ਸਾਡਾ ਜਿਹੜਾ ਚੈਨਲ ਜੇਕਰ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ 'ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਅਗਲੀ ਮੁਲਾਕਾਤ ਦੇ ਨਾਲ ਸਤਿ ਸ਼੍ਰੀ ਅਕਾਲ ਜੀ